जी इस मुकदमा नंबर 24 के असी कुल 3 जने दे विच फड़े ने। पहला इस इंद्र सिंह ते ये दो जने बस स्टैंड कसियाणा कोल इन्हां नूं गिरफ्तार कीता, बरामद कीते। इन्हां दी पुछगिछ दे अगेंस्ट होर शी पर उर्फ कुल्ला इस नूं भी नाम तों भी मोटरसाइकिल करवाए। कुल हुण तक 14 मोटरसाइकिल अपना बरामद किए जा चुके। सर मोटरसाइकिल केड़े केड़े है इहदे च? इह मोटरसाइकिल सारे ब्रांड दे, इस दे विच होर हीरो वाले दे ते बड़ी है। ਇਹ ਜਿਹੜੇ ਦੋਸ਼ੀ ਫੜਿਆ ਸੀ ਇਹਨਾਂ ਦਾ ਪਹਿਲਾਂ ਵੀ ਬੈਕਗ੍ਰਾਉਂਡ ਕੀ ਹੈ, ਕ੍ਰਿਮੀਨਲ ਹੈ ਕੋਈ? ਇਹਨਾਂ 'ਚ ਜਿਹੜਾ ਪਰਮਵੀਰ ਸਿੰਘ ਆ ਪ੍ਰਤੀ, ਇਸ 'ਤੇ ਮੁਕੱਦਮੇ ਦਰਜ ਨੇ ਪਹਿਲਾਂ ਤਕਰੀਬਨ 3 ਮੁਕੱਦਮੇ, ਵੱਖ ਵੱਖ ਕੈਂਡੀ ਦਾ ਵੀ ਅਤੇ ਬਾਕੀ ਦੂਜੇ ਜਿਹੜੇ ਆ ਸਰ ਉਹਨਾਂ ਦੇ ਉੱਤੇ ਕੋਈ? ਇਹ ਕਿੱਥੇ ਦੇ ਰਹਿਣ ਵਾਲੇ ਆ ਅਤੇ ਕੋਈ ਸਾਥੀ ਹੈ? ਹਾਂਜੀ ਹਮ ਉਮਰਾਂ ਦੇ 3 ਲੋਕ ਰਹਿਣ ਵਾਲੇ ਆ। ਕੁਝ ਪੁੱਛਗਿੱਛ ਪਤਾ ਲੱਗਿਆ ਹੁਣ ਤੱਕ ਕਿੰਨੇ ਚੋਰੀ ਕਰ ਚੁੱਕੇ ਆ? ਇਹਨਾਂ ਨੇ ਜਿੰਨੇ ਚੋਰੀ ਪੁੱਛਦਾ ਸੀ ਉਹ ਸਾਰੇ ਬਰਾਮਦ। ਤੇ ਇਹਨਾਂ ਨੂੰ ਕੋਈ ਰਿਮਾਂਡ ਵੀ ਲਿੱਤਾ ਗਿਆ ਸਰ ਇਹਨਾਂ ਤੋਂ? ਰਿਮਾਂਡ ਲਏ ਸੀਗੇ, ਰਿਮਾਂਡ ਲੈ ਕੇ ਇਹਨਾਂ ਦੀ ਐਡਮਿਸ਼ਨ ਹੋਈ ਹੈ, ਉਸ ਤੋਂ ਬਾਅਦ ਫਿਲ ਭੇਜ ਦਿੱਤਾ ਜੀ ਗਿਆ ਜੀ। ਹਾਂਜੀ ਇਹ ਇਸ ਦੇ ਵਿੱਚ ਮੁਕੱਦਮਾ ਨੰਬਰ 24 ਦੇ ਵਿੱਚ ਅਸੀਂ ਕੁੱਲ 3 ਜਣੇ ਦੇ ਵਿੱਚ ਫੜੇ ਨੇ। ਪਹਿਲਾਂ ਇਸ ਦੇ ਵਿੱਚ ਇੰਦਰ ਸਿੰਘ ਅਤੇ ਇਹ ਦੋ ਜਣੇ ਬੱਸ ਸਟੈਂਡ ਕਸਿਆਣਾ ਕੋਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ, ਬਰਾਮਦ ਕੀਤੇ। ਇਹਨਾਂ ਦੀ ਪੁੱਛਗਿੱਛ ਦੇ ਅਗੇਂਸਟ ਹੋਰ ਸ਼ੀ ਪਰ ਉਰਫ ਕੁੱਲਾ ਇਸ ਨੂੰ ਵੀ ਨਾਮ ਤੋਂ ਵੀ ਮੋਟਰਸਾਈਕਲ ਕਰਵਾਏ। ਕੁੱਲ ਹੁਣ ਤੱਕ 14 ਮੋਟਰਸਾਈਕਲ ਆਪਣਾ ਬਰਾਮਦ ਕੀਤੇ ਜਾ ਚੁੱਕੇ। ਸਰ ਮੋਟਰਸਾਈਕਲ ਕਿਹੜੇ ਕਿਹੜੇ ਹੈਗੇ ਇਹਦੇ ਚ? ਇਹ ਮੋਟਰਸਾਈਕਲ ਸਾਰੇ ਬ੍ਰਾਂਡ ਦੇ, ਇਸ ਦੇ ਵਿੱਚ ਹੋਰ ਹੀਰੋ ਵਾਲੇ ਦੇ ਤੇ ਬੜੀ ਹੈਗੀ। ਇਹ ਜਿਹੜੇ ਦੋਸ਼ੀ ਫੜਿਆ ਸੀ ਇਹਨਾਂ ਦਾ ਪਹਿਲਾਂ ਵੀ ਬੈਕਗ੍ਰਾਉਂਡ ਕੀ ਹੈ, ਕ੍ਰਿਮੀਨਲ ਹੈ ਕੋਈ? ਇਹਨਾਂ 'ਚ ਜਿਹੜਾ ਪਰਮਵੀਰ ਸਿੰਘ ਆ ਪ੍ਰਤੀ, ਇਸ 'ਤੇ ਮੁਕੱਦਮੇ ਦਰਜ ਨੇ ਪਹਿਲਾਂ ਤਕਰੀਬਨ 3 ਮੁਕੱਦਮੇ, ਵੱਖ ਵੱਖ ਕੈਂਡੀ ਦਾ ਵੀ ਅਤੇ ਬਾਕੀ ਦੂਜੇ ਜਿਹੜੇ ਆ ਸਰ ਉਹਨਾਂ ਦੇ ਉੱਤੇ ਕੋਈ? ਇਹ ਕਿੱਥੇ ਦੇ ਰਹਿਣ ਵਾਲੇ ਆ ਅਤੇ ਕੋਈ ਸਾਥੀ ਹੈ? ਹਾਂਜੀ ਹਮ ਉਮਰਾਂ ਦੇ 3 ਲੋਕ ਰਹਿਣ ਵਾਲੇ ਆ। ਕੁਝ ਪੁੱਛਗਿੱਛ ਪਤਾ ਲੱਗਿਆ ਹੁਣ ਤੱਕ ਕਿੰਨੇ ਚੋਰੀ ਕਰ ਚੁੱਕੇ ਆ? ਇਹਨਾਂ ਨੇ ਜਿੰਨੇ ਚੋਰੀ ਪੁੱਛਦਾ ਸੀ ਉਹ ਸਾਰੇ ਬਰਾਮਦ। ਤੇ ਇਹਨਾਂ ਨੂੰ ਕੋਈ ਰਿਮਾਂਡ ਵੀ ਲਿੱਤਾ ਗਿਆ ਸਰ ਇਹਨਾਂ ਤੋਂ? ਰਿਮਾਂਡ ਲਏ ਸੀਗੇ, ਰਿਮਾਂਡ ਲੈ ਕੇ ਇਹਨਾਂ ਦੀ ਐਡਮਿਸ਼ਨ ਹੋਈ ਹੈ, ਉਸ ਤੋਂ ਬਾਅਦ ਫਿਲ ਭੇਜ ਦਿੱਤਾ ਜੀ ਗਿਆ ਜੀ।